हेलो गाइस, की हाल चाल। स्वागत करते फिर तो अमृतसर काइट लवर दे। अज आए हैं खूह वाले भाजी को, नाले अपनी पतंग बनवाउण आए हैं ते नाले तुहानू दिखाउणे भाई किदां पतंग बनाउंदे आ। अहीं सारे व्लॉग च दसणी आ पतंग किवें बनाउंदे आ। बाकी वेख लो, चैक करा दिओ। बाकी तुहानू हुणे दिखाउणे आ पीले किदां सेकदे आ किदां नहीं, पूरी मतलब कि सारी प्रोपर पतंग बनाउणी आ असीं। बाकी तुहानू दिखाउणे आ अंदर दा व्यू थोड़ा जिहा। चलो जी, तैयारी शुरू हो गई। जो पीले सेक रहे थे जो भाजी सन्नी भाजी दुकान वेख लो, चेक करो खूह वाले भाजी, बहुत पुरानी दुकान है। पीले सेक रहे पे आ, बाकी तुहानू पता तैयारियां होंदियां हुण ते लोहड़ी वैसे लागे रह गई है। तैयारियां तुहानू पता पहले ही होंदियां दुकानां ते शुरू। मैं स्पैशल बनवाई है नाले पतंग अपनी। सन्नी भाजी आप लगे ने पीले सेकन ते भाजी। भाजी ने सेकते ही तुहानू दिखाया कि सेके, बाकी तैयारी कर ਬਾਕੀ ਦਿੱਲੇ ਛੁੱਲਦੇ ਭਾਜੀ ਚੈੱਕ ਕਰੋ। ਵਾਈਟ ਪੇਪਰ ਲਾਵਾਂਗੇ, ਵਾਈਟ ਪਤੰਗ ਬਣਾਵਾਂਗੇ। ਆਹ ਕਾਕਾ ਵੀਰ ਬਣਾਉਣ ਲੱਗਾ ਸਾਡੀ ਪਤੰਗ, ਪੇਪਰ ਜੋੜੂਗੇ ਫਿਰ ਇਹਨੂੰ। पतंग शुरू हो गई तैयार होने, भाई ने उधर भी जोड़ते हैं। भाजी अपने हाथी बना के देंगे पतंग। चलो जी, सेंटर तैयार हो गया पतंग का। बाकी भाई ने टीला सेट कर दे। बाकी कटिंग कुटिंग पूरी चेक करो भाई। सन्नी भाई किन्ने क मिनट लग जाते पतंग बनाने? तो एक पतंग में ज्यादा टाइम लगता। बाकी घट भाई स्पैशल बनाउंदे मेरी पतंग, डिजाइन टाइम लगना। वो भाई ने डिजाइन बना ਲਾ ਦੀਏ ਜਿਹੜੇ ਉਹਨੇ ਵੱਖਰਾ ਦਿੱਤਾ ਜਨਮਨੀ ਦਾ, ਹੁਣ ਤੇ ਆਪਣੀ ਮਰਜ਼ੀ ਨਾਲ ਲਾਉਣਾ।
ਹਾਂ ਕਾਲੇ ਦੇ ਉੱਤੇ ਲਾਓ ਕਾਲੇ ਦੇ ਉੱਤੇ ਸਾਰਾ ਇਹੋ ਲਗਾ ਅੱਗੇ ਦਿਖਾਉਂਦੇ ਤੁਹਾਨੂੰ ਥੋੜ੍ਹੀ ਤਿਆਰ ਹੋ ਲੈਂਦੇ ਹੋਰ ਫਿਰ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਪਤੰਗ ਦਾ ਫਿਰ ਉਹ ਭਾਈ ਡਿਜ਼ਾਇਨ ਪਾਉਣਗੇ ਇੱਧਰੋਂ ਭਾਜੀ ਪਤੰਗ ਥੋੜ੍ਹੀ ਤਿਆਰ ਕਰ ਲੈਣਗੇ ਹਲੇ ਪੂਰੀ ਤਿਆਰ ਹੁੰਦੀ ਹੈ ਚਲੋ ਸੈਂਟਰ ਵਾਲਾ ਬੰਨ ਲਿਆ ਦੀਲਾ ਭਾਈ ਨੇ ਸਾਈਡ ਤੋਂ ਕਾਗਜ਼ ਵੱਟ ਦਿੰਦੇ ਹੋਏ ਇਹਨੂੰ ਚੈੱਕ ਕਰੋ ਹੁਣ ਆ ਗਏ ਨਾ ਸ਼ੇਰ ਥੱਲੇ ਧਾਗਾ ਬੰਨਣਗੇ ਭਾਜੀ ਕਿਆ ਕਰੋ ਕਬੀਰ ਵੀ ਲੱਗ ਗਏ ਨਾਲ ਹੀ ਧਾਗਾ ਬੰਨਣਗੇ ਸੈਂਟਰ ਚ ਮਿੰਟੋ ਮਿੰਟੀ ਕਰਦੇ ਹੋਏ ਭਾਈ ਦੋਨੇ ਲਾ ਕੇ ਕਹਿੰਦੇ ਪਤੰਗ ਤੇਰੀ ਅੱਜ ਰੈਡੀ ਕਰਕੇ ਦੇਣੀ ਤੇਰੀ ਬੰਨ ਤਾਂ ਮੁੱਕੇ ਤੇ ਨੁੱਕਾ ਬਣ ਗਿਆ ਪੂਰਾ ਤਿਆਰ ਹੋ ਗਿਆ ਨੁੱਕਾ ਵੀ ਬਾਕੀ ਹੁਣ ਕਾਗਜ਼ ਲਵਾਉਣਗੇ ਭਾਜੀ ਨੁੱਕਾ ਵੇਖੋ ਕਿ ਅੱਜ ਮਾਲਾ ਵੇਖ ਲਓ ਚੈੱਕ ਕਰੋ ਬਾਕੀ ਮਿੰਟੋ ਮਿੰਟੀ ਤਿਆਰ ਹੁੰਦੇ ਇਧਰੋਂ ਚੈੱਕ ਕਰੋ ਬੰਦੀ ਪਤੰਗ ਸਾਡਾ ਦੇ ਲਾ ਤੋ ਹੁਣ ਥੱਲੇ ਵਾਲਾ ਹਿੱਸਾ ਬੰਨਣਗੇ ਪਤੰਗ ਦਾ ਚੈੱਕ ਕਰੋ ਬਾਕੀ ਥੱਲੇ ਵਾਲਾ ਹਿੱਸੇ ਦਾ ਸੰਨੀ ਭਾਈ ਜੀ ਆਪਣੇ ਹੱਥ ਦੀ ਪਤੰਗ ਵੇਖ ਲਓ ਚੈੱਕ ਕਰੋ ਬਾਕੀ ਤੁਹਾਨੂੰ ਖੂਹ ਵਾਲੇ ਦਾ ਵੈਸੇ ਨਾਮ ਬੜਾ ਭਾਜੀ ਦਾ ਅਸੀਂ ਤਾਂ ਵੈਸੇ ਪਤੰਗ ਬਣਾਉਣਾ ਗਾ ਮੈਂ ਭਾਜੀ ਦੇ ਨਾਲੇ ਮੈਂ ਆਪ ਤਿਆਰ ਕਰਵਾਉਣੀ ਯਾਰ ਕੀ ਚੀਜ਼ਾਂ ਭਾਜੀ ਕੋਲ ਸਪੈਸ਼ਲ ਅਤੇ ਤਾਂ ਕਰਕੇ ਮੈਂ ਕਿਹਾ ਨਾਲੇ ਨਾਲੇ ਵਲੋਗ ਬਣਾਵਾਂਗੇ ਨਾਲੇ ਨਾਲੇ ਅਪਡੇਟ ਕਰਾਂਗੇ ਸਾਰਾ ਕੁਛ ਉਧਰ ਜਾਊਗੀ ਉਧਰ ਲੱਗੂਗਾ ਕੰਮ ਚ ਫਿਰ ਵੇਖਦੇ ਆ ਨੁੱਕਾ ਨੱਕਾ ਬਾਈ ਨੇ ਨੀ ਉਹਨਾਂ ਨੇ ਤਿਆਰ ਕਰਨੀ ਕੀ ਭਾਜੀ ਜੋੜਨਗੇ ਚੈੱਕ ਕਰੋ ਬਾਕੀ ਵੇਖਣਾ ਉਧਰ ਚਾਰ ਤਾਵੇ ਤਿਆਰ ਹੁੰਦੇ ਆਹ ਜੀ ਤਿਆਰ ਕਰ ਦਿੰਦੇ ਆ ਬਾਕੀ ਇੱਧਰ ਜੋ ਵੀ ਤਿਆਰ ਹੁੰਦਾ ਹੁਣ ਪਤੰਗ ਤਿਆਰ ਹੁੰਦੀ ਬਸ ਹਲੇ ਨੋਰਮਲ ਲੱਗਣੇ ਡਿਜ਼ਾਇਨ ਪਾ ਕੇ ਯਾਰ ਐਂਡ ਹੋ ਜਾਣਾ ਕੰਮ ਐਂਡ ਕਰੋ
ਭਾਜੀ ਤਿਆਰ ਕਰਾਉਂਦੇ ਥੱਲੇ ਦਾ ਹਿੱਸਾ ਪੂਰੀ ਭਾਜੀ ਕਹਿੰਦੇ ਭਾਵੇਂ ਬਣਾਈਏ ਇੱਕ ਪਰ ਅੱਜ ਤੇਰੀ ਬਣਾ ਕੇ ਦੇਣੀ ਜ਼ਰੂਰ ਪਸੰਦ ਕਰੋ ਜੀ ਵੀ ਤਿਆਰ ਹੁੰਦੀ ਆ ਪੂਛ ਤਿਆਰ ਕਰਨਗੇ ਨਾਲੇ ਲਾ ਦੇਣਗੇ ਅਤੇ ਫਿਰ ਕੱਲ੍ਹ ਆਉਣਗੇ ਫਿਰ ਡਿਜ਼ਾਇਨ ਪਾਉਣਗੇ ਚੈੱਕ ਬਾਕੀ ਫਿਰ ਬਾਕੀ ਤਿਆਰ ਹੋਣ ਦੀ ਪਤੰਗ ਬਾਕੀ ਹੋ ਗਈ ਹੌਲੀ ਹੌਲੀ ਚਲੋ ਜੀ ਰੈਡੀਮੇਡ ਕਾਗਜ਼ ਲੱਗੂਗਾ ਪਤੰਗ ਦੇ ਉੱਤੇ ਬਾਕੀ ਡਿਜ਼ਾਇਨ ਬਣੂਗਾ ਹੌਲੀ ਹੌਲੀ ਪਤਾ ਲੱਗੂਗਾ ਚਲੋ ਜੀ ਪਹਿਲੀ ਫੱਟੀ ਲੱਗ ਗਈ ਜੇ ਸੰਨੀ ਭਾਜੀ ਲੱਗ ਗਏ ਆਪ ਖਲੋ ਕੇ ਨੇ ਜੇ ਚੈੱਕ ਕਰੋ ਕਲਰ ਚਲੋ ਜੀ ਹੁਣ ਗੋਲਡਨ ਪੇਪਰ ਲੱਗੂਗਾ ਬਾਕੀ ਲੈਂਸਰ ਲਾ ਤੀ ਆ ਬਾਕੀ ਹਲੇ ਬਣਾਉਂਦੀ ਆ ਸਟਾਰ ਵੱਡਾ ਕੱਟੋਗੇ ਸਟਾਰ ਕੱਟਦੇ ਭਾਜੀ ਨੇ ਠੀਕ ਹੈ ਜੀ ਬਾਕੀ ਹੁਣ ਲੱਗਣਗੇ ਸਟਾਰ ਕਿਉਂ ਕਾਕਾ ਭਾਜੀ ਸਟਾਰ ਕੱਟਦੇ ਜੇ ਸਟਾਰ ਲੱਗਣਗੇ ਭਾਜੀ ਨੇ ਬਹੁਤ ਮਿਹਨਤ ਕੀਤੀ ਅੱਜ ਭਾਜੀ ਨੇ ਜਲਦੀ ਵੀ ਜਾਣਾ ਸੀ ਕਹਿੰਦੇ ਤੇਰੇ ਕਰਕੇ ਨਹੀਂ ਜਲਦੀ ਗਿਆ ਮੈਂ ਘਰੇ ਕਹਿੰਦੇ ਪਤੰਗ ਬਣਾ ਕੇ ਜਾਣੀ ਤੇਰੀ ਤਿਆਰ ਹੋ ਗਈ ਫਿਰ ਪਤਾ ਲੱਗੂਗਾ ਅਸਲੀ ਡਿਜ਼ਾਇਨ ਕੀ ਤਿਆਰੀ ਹੋ ਗਈ ਤਿਆਰ ਹੋ ਗਈ ਨਾ ਜਦੋਂ ਉਦੋਂ ਤੁਹਾਨੂੰ ਦਿਖਾਵਾਂਗੇ ਹੁਣ ਠੀਕ ਹੈ ਜੀ ਬਾਕੀ ਥੋੜਾ ਰਹਿ ਗਿਆ ਇੱਧਰ ਵਾਲਾ ਕੰਮ ਦੇ ਉੱਪਰ ਵਾਲਾ ਤੁਹਾਨੂੰ ਠੀਕ ਹੈ ਜੀ ਬਾਕੀ ਸਟਾਰਟ ਟੂ ਲੱਗ ਗਿਆ ਫਿਰ ਆਪੇ ਤੁਹਾਨੂੰ ਠੀਕ ਹੈ ਮੈਂ ਪਤੰਗਾ ਵੀ ਚੈੱਕ ਕਰ ਲਈਏ ਥੋੜੀ ਹੈਗੀਆਂ ਜੀ ਬਾਕੀ ਕਢਾਉਂਦੇ ਹਾਂ ਭਾਈ ਨਾ ਪਤੰਗਾ ਬਾਕੀ ਤੁਹਾਨੂੰ ਇਹ ਦਿਖਾਉਂਦੇ ਥੋੜ੍ਹਾ ਡਿਜ਼ਾਇਨ ਹੋ ਗਿਆ ਜੇ ਬਣ ਗਿਆ ਤਾਂ ਤੁਹਾਨੂੰ ਪ੍ਰੋਪਰ ਹੁਣ ਦਿਖਾਉਂਦੇ ਲਾਸਟ ਦੇ ਆਪਾਂ ਪੂਰੀ ਤਿਆਰੀ ਕਰਕੇ ਫਿਰ ਆਪਣਾ ਡਿਜ਼ਾਇਨ ਇਹਨਾਂ ਕਰਾਂ ਵਾਰੀ ਕਰਾਂ ਦੇ ਪੂਰੀ ਇੱਧਰ ਵੀ ਲੱਗਣ ਲੱਗਾ ਜੇ ਚਲੋ ਜੀ ਵੀਰ ਜੀ ਨੇ ਪੂਰਾ ਮਿਹਨਤ ਕੀਤੀ ਤੁਹਾਨੂੰ ਵਲੌਗ 'ਚ ਦਿਖਾਈ ਦਿੱਤਾ ਬਾਕੀ ਸੰਨੀ ਭਾਈ ਦੀ ਵੀ ਮਿਹਰਬਾਨੀ ਹੈ ਠੀਕ ਹੈ ਸੰਨੀ ਭਾਈ ਬਾਕੀ ਵੇਖੋ ਡਿਜ਼ਾਇਨ ਕਿਵੇਂ ਦਾ ਲੱਗਾ ਵੀਰ ਨੇ ਬਣਾਈ ਹੈ ਪੂਰੀ ਪਤੰਗ ਥੈਂਕ ਯੂ ਵੀਰ ਜੀ ਲਓ ਜੀ ਪਤੰਗ ਹੋ ਗਈ ਤਿਆਰ ਬਾਕੀ ਤੁਸੀਂ ਡਿਜ਼ਾਇਨ ਵੇਖ ਹੀ ਲਿਆ ਸਪੈਸ਼ਲ ਬਣਵਾਈ ਪਤੰਗ ਭਾਜੀ ਕੋਲ ਭਾਜੀ ਦੀ ਬੜੀ ਮਿਹਰਬਾਨੀ ਆਪਣੇ ਬੰਦੇ ਦਾ ਇਹਨਾਂ ਨੇ ਟਾਈਮ ਵੇਸਟ ਕਰਕੇ ਇਹਨਾਂ ਨੇ ਸਪੈਸ਼ਲ ਮੇਰੇ ਵਾਸਤੇ ਬਣਾਈ ਉਹਨਾਂ ਨੇ ਆਪਣਾ ਸਾਰਾ ਕੰਮ ਛੱਡਤਾ ਭਾਜੀ ਕਹਿੰਦੇ ਨਹੀਂ ਪਹਿਲਾਂ ਮੁੰਡੇ ਦੀ ਪਤੰਗ ਬਣਾ ਬਾਕੀ ਵੇਖੋ ਡਿਜ਼ਾਇਨ ਜਿੰਨੇ ਵੀ ਕੋਈ ਬਣਾਉਣੀ ਤੋਹਫਾ ਹੈਗੀ ਇੱਕਦਮ ਬਣਾਉਣੀ ਹੈ ਨਾ ਨਵੀਂ ਪਤੰਗ ਕੋਈ ਡਿਜ਼ਾਇਨ ਕੋਈ ਭਾਈ ਨੂੰ ਆਣ ਕੇ ਤੁਸੀਂ ਕਰ ਦੇਣਾ ਕਨੈਕਟ ਨੰਬਰ ਸਾਰਾ ਕਿਹੜਾ ਏਰੀਆ ਪੈਂਦਾ ਵਾ ਦੱਸ ਨਾਲੇ ਇਹ ਉਹਨਾਂ ਨੂੰ ਪਤਾ ਖੂਹ ਵਾਲੇ ਭਾਈ ਦਾ ਬਸ ਠੀਕ ਹੈ ਪ੍ਰੋਪਰ ਚੱਲਦਾ ਪੂਰੇ ਪੰਜਾਬ 'ਚ ਵੈਸੇ ਬਾਹਰ ਵੀ ਚੱਲਦਾ ਵੇਖੋ ਡਿਜ਼ਾਇਨ ਵੇਖੋ ਤੇ ਕਮੈਂਟ 'ਚ ਜ਼ਰੂਰ ਦੱਸ ਦਿਓ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰ ਦਿਓ ਸਬਸਕ੍ਰਾਈਬ ਵੀ ਨਾਲ ਕਰ ਜਿਓ ਓਕੇ